ਜਿਹੜੇ ਬੇਵਕੂਫ ਬਣੋ ਉਹਨਾਂ ਨੂੰ ਬਚੋ। ਫਿਲਮਾਂ ਪੜਾਓ ਜੇ ਸ਼ੌਕ ਹੈ, ਜੇ ਤੁਹਾਨੂੰ ਲਿਖਣ ਦਾ ਕੀੜਾ, ਜੇ ਤੁਹਾਡੀ ਪਾਕਟ ਅਲਾਉ ਕਰਦੀ ਹੈ। ਜੇ 10 ਕਰੋੜ ਰੁਪਇਆ ਕਮਾ ਲਿਆ 3 ਖਰਚਣ ਨੂੰ ਜੀਕਰ ਤਾਂ ਫਿਰ ਖਰਚੋ, ਠੀਕ ਹੈ ਜੀ। ਇਹ ਡੁੱਬੇ ਹੋਏ ਪ੍ਰੋਡਿਊਸਰਾਂ ਦੇ ਨਾਂ ਤੇ ਇੱਕ ਦਾੜੀ ਮਾਰ ਦਿੰਦਾ। ਸੁਣਨੇ ਵਾਲਾ ਸੁਣਨਾ ਕਿ ਖੌਰੂ ਸੁਣਨਾ? ਇੱਕ ਸੁਣ ਲਓ ਸੁਣਨੇ ਵਾਲਾ, ਕਿਉਂਕਿ ਬੀਬੀਆਂ ਵੀ ਬੈਠੀਆਂ ਇਹਦੇ ਬਾਅਦ ਚੁੱਪਾਂ। ਇਹ ਮਿਸਾਲ ਆਪਾਂ ਕਾਇਮ ਕਰਨੀ ਹੈ। ਆਮ ਤੌਰ ਤੇ ਇਹ ਫੈਮਿਲੀ ਵਾਲਿਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਸ਼ੋਅ 'ਚ ਨਹੀਂ ਜਾਣਾ, ਪੰਜਾਬੀ 'ਚ ਗੰਦ ਪੈਂਦਾ। ਆਪਾਂ ਪਾਉਣਾ ਨਹੀਂ, ਤੁਹਾਨੂੰ ਮੇਰੀ ਸਹੁੰ, ਤੁਹਾਡੇ ਬਜ਼ੁਰਗਾਂ ਦੀ ਸਹੁੰ, ਹਰ ਕੁੜੀ ਇਸ ਹਾਲ 'ਚ ਜਿਹੜੀ ਆਈ ਹੈ ਸਾਡੀ ਭੈਣ ਹੈ, ਅਸੀਂ ਉਹਦੀ ਹਿਫਾਜ਼ਤ ਕਰਨੀ। ਮਹਿਬੂਬਾ ਇੱਕ ਹੋ ਸਕਦੀ ਹੈ, ਸਾਰੀ ਦੁਨੀਆ ਮਹਿਬੂਬ ਨਹੀਂ ਹੋ ਸਕਦੀ। ਸੋ ਇਹ ਦਾਗ ਆਪਾਂ ਧੋਣਾ, ਇਹ ਹਾਲਾਂ ਦੀ ਗਿਣਤੀ ਵਧਾਉਣੀ ਹੈ। ਖੁਸ਼ਖਬਰੀ ਇਹ ਹੈ ਆਪਾਂ ਬਹੁਤ ਵੱਡਾ ਮਾਰਕਾ ਨਹੀਂ ਮਾਰਿਆ, ਪਰ ਜਿਹੜਾ ਇੱਥੇ ਨਿਊਜ਼ੀਲੈਂਡ ਇੱਕ ਬਹੁਤ ਵੱਡਾ ਸ਼ੋਅ ਹੈ ਆਈਡਲ ਦਾ, ਆਪਣਾ ਦੂਜੇ ਨੰਬਰ ਤੇ ਕਾਊਂਟ ਹੋ ਗਿਆ, ਤਾੜੀ ਮਾਰੋ। ਜਾਣੀ ਫਰਕ ਇਹ ਹੈ ਵੀ ਉਹ ਆਨਲਾਈਨ ਥੋੜੀ ਜਿਹੀ ਵੱਧ ਵੇਚ ਗਏ, 30,000 ਤੇ ਚਲੇ ਗਏ, ਆਪਾਂ ਥੋੜੇ ਜਿਹਾ ਪਿੱਛੇ ਆਏ, ਪਰ ਵਾਅਦਾ ਆਪਾਂ ਇਕੱਠੇ ਹੋ ਕੇ ਕਰ ਦਾਂਗੇ ਵੀ ਕੰਮ। ਆ ਜਾ ਸੁਣਨੇ ਵਾਲਾ ਸੁਣਨੇ ਵਾਲਾ। ਦੇਖੋ ਜ਼ਿੰਦਗੀ ਦੁੱਖਾਂ ਦਾ ਘਰ ਹੈ, ਸ਼ੇਰ ਨਹੀਂ ਸੁਣਾਉਂਗਾ, ਗਾਣਾ ਸੁਣਨੇ ਵਾਲਾ। ਤੁਸੀਂ ਮੇਰਾ ਗਾਣਾ ਮੰਨ ਜਾਓ, ਤਸੱਲੀ ਕਰਾ ਲੂੰਗਾ ਯਾਰ ਮੈਂ ਚਿੰਤਾ। ਜਦੋਂ ਪਿੰਡ ਮੈਂ ਰਹਿੰਦਾ ਸੀ ਤਾਂ ਉਦੋਂ ਗੁਆਂਢੀ ਕਹਿੰਦੇ ਸਦਾਈ ਹੋ ਗਿਆ ਪਾਗਲ, ਤਾਂ ਹੀ ਮੈਂ ਅਕਸਰ ਗੀਤਾਂ 'ਚ ਪਾਗਲ ਸ਼ਬਦ ਯੂਜ਼ ਕਰਦਾ। ਤੇ ਰਹਿੰਦੀ ਖੁੰਦੀ ਆਰ ਇੱਕ ਉਹ ਪਾਕਿਸਤਾਨੀ ਮਾਰ ਗਿਆ ਬਜ਼ੁਰਗ, ਇਹ ਤੇ ਮੇਰਾ ਹੀ ਕਹਿੰਦਾ ਗਾਣਾ, ਤੇਰਾ ਨਹੀਂ ਤੇਰੇ ਪਿਓ ਦਾ ਨਹੀਂ। ਜ਼ਰੂਰ ਮੈਂ ਕਿਹਾ ਤੇਰਾ ਵੱਡਾ ਸੀਰੀ ਹੋਣਾ ਸਾਡੇ ਪਾਕਿਸਤਾਨ ਬਣ ਤੋਂ ਪਹਿਲਾਂ ਇੱਥੋਂ ਚੱਕ ਚੁੱਕ ਲੈਗਾ। ਸੁਣਨਾ ਆਪਾਂ, ਕਈ ਵਾਰੀ ਸਰੀਰ ਜ਼ੋਰ ਖਾ ਜਾਂਦਾ ਹੁੰਦਾ, ਬੇਹੋਸ਼ੀ ਦੀ ਹਾਲਤ 'ਚ ਪਹੁੰਚ ਜਾਂਦਾ, ਬਹਿ ਜਾ। ਆਓ ਜੀ, ਵਾਹ ਟੂ ਵਾਹ ਚੱਕ। ਛੱਜ ਚ ਪਾ ਕੇ ਸਦਰਾਂ ਨੂੰ ਅਸੀਂ